مناہل والے وچ ਕੁੜੀ تے ਮੁੰਡੇ ਦੀ ਵਾਜ਼ਿਆ ਸੀ ਵੀਡੀਓ ਇਹਦੇ ਚ ਕੱਲੀ ਕੁੜੀ ਨੇ ਭੇਜੀਏ ਕਿ ਕਿਉਂਕਿ ਉਹਨੂੰ ਪਤਾ ਕਿ ਸਾਈਬਰ ਕ੍ਰਾਈਮ ਵਾਲੇ ਕੁੜੀਆਂ ਤੇ ਕਾਰਵਾਈ ਨਹੀਂ ਕਰਦੇ ਤੇ ਇਹ ਇਸਲਾਮੀ ਮੁਲਕ ਚ ਰਹਿ ਰਹੀ ਇਹਨੂੰ ਸ਼ਰਮ ਨਹੀਂ ਆਈ ਇਹਨੂੰ ਗੈਰਤ ਨਹੀਂ ਆਈ ਕਿਸੇ ਨੇ ਇਹਨੂੰ ਕੁਝ ਨਹੀਂ ਕਿਹਾ ਉਹ ਕਿਹੜੇ ਮੁਲਕ ਚ ਇਸਲਾਮੀ ਮੁਲਕ ਵਿਚ ਰਹਿ ਰਹੇ ਹੋ ਤੁਸੀਂ ਆਲ ਓਵਰ ਦੀ ਵਰਲਡ ਕੀ ਮੈਸੇਜ ਭੇਜ ਰਹੇ ਹੋ ਸਾਡੇ ਮੁਲਕ ਦੇ ਬਾਰੇ ਮੇਰਾ ਕੰਟੈਂਟ ਦੇਖਦੇ ਨੇ ਫੈਮਲੀ ਚ ਲੋਕੀ ਬਹਿ ਕੇ ਅਸਲੀ ਮੈਂ ਉਹ ਅਲਫਾਜ਼ ਇਸਤੇਮਾਲ ਨਹੀਂ ਕਰਨਾ ਚਾਹ ਰਿਹਾ ਜਿਹਦੇ مستحق ਨਾ ਇਹੋ ਜੀਆਂ ਔਰਤਾਂ ਬਦਖਿਰਦਾਰ ਔਰਤਾਂ ਬਦਕਾਰ ਔਰਤਾਂ ਸੋਸ਼ਲ ਮੀਡੀਆ ਤੇ ਐਕਟੀਵ ਤੇ ਬੰਦ ਕਰਤੀ ਪ੍ਰਮੋਸ਼ਨ ਲੈਂਦੇ ਸਟੈਂਟ ਨੇ ਮਨਾਹਲ ਦਾ ਵੀ 1 ਮਿਲੀਅਨ ਵੱਧ ਗਿਆ ਨਾ ਇਹਦਾ ਵੀ ਵੱਜ ਜਾਏਗਾ ਕਿ ਇਹ ਬਦਕਰਦਾਰ ਔਰਤ ਜਦੋਂ ਵੀਡੀਓ ਬਣਵਾ ਰਹੀ ਸੀ ਉਦੋਂ ਇਹਨੂੰ ਗੈਰਤ ਨਹੀਂ ਆਈ ਹਰੀਮ ਸ਼ਾਹ ਨੇ ਸੋਸ਼ਲ ਮੀਡੀਆ ਤੇ ਬਹਿ ਕੇ ਇਹ ਕਲੀਅਰ ਕੀਤੀ ਹੈ ਗੱਲ ਉਹ ਲਫ਼ਜ਼ ਮੈਂ ਦੁਹਰਾ ਨਹੀਂ ਸਕਦਾ ਜਿਹੜੇ ਉਹਨੇ ਸਾਡੇ ਧਾਰਿਆਂ ਦੇ ਬਾਰੇ ਇਸਤੇਮਾਲ ਕੀਤੇ ਨੇ ਲੇਕਿਨ ਸੱਚੀ ਹਰੀਮ ਸ਼ਾਹੀ ਸੀ ਬਣਾਉਣ ਵਾਲੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਵਾਇਰਲ ਵਾਲੀ ਤੇ ਬਾਅਦ ਚਾਏਗਾ ਉਹ ਤੁਸੀਂ ਬਣਵਾਓ ਨਾ ਤਾਂ ਕੋਈ ਵਾਇਰਲ ਕਿਵੇਂ ਕਰੇ ਪਹਿਲੀ ਐਫ ਆਈ ਆਰ ਇਸ ਲੜਕੀ ਤੋਂ ਹੋਵੇ ਉਸ ਤੋਂ ਬਾਅਦ ਆ ਦੱਸੇ ਕਿ ਮੁੰਡਾ ਫਲਾਣਾ ਸੀ ਫਿਰ ਉਹਦੇ ਤੇ ਹੋਵੇ ਉਹ ਵਾਇਰਲ ਦੇ ਬਾਅਦ ਚ ਅਸਲਾਮੁਅਲੈਕਮ ਤੁਸੀਂ ਵੇਖ ਰਹੇ ਹੋ ਸ਼ਾਨ ਪਾਕਿਸਤਾਨ ਤੇ ਮੈਂ ਤੁਹਾਡਾ ਦੇਸੀ ਐਂਕਰ ਜ਼ਾਹਿਦ ਖਾਨ ਸੋਸ਼ਲ ਮੀਡੀਆ ਹਰ ਬੰਦੇ ਦੀ ਉਂਗਲ ਤੇ ਹੈਗਾ ਹਰ ਬੰਦੇ ਦੇ ਹੱਥੇ ਚ ਹੈਗਾ ਇੰਨੀ ਉਂਗਲਾ ਤਸਵੀਤ ਨਹੀਂ ਚਲਦੀ ਜਿੰਨੇ ਸੋਸ਼ਲ ਮੀਡੀਆ ਤੇ ਚਲਦੀ ਨੇ ਠਾ 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 ਚਲਨੀ ਚਾਹੀਦੀ ਨੇ ਕਿਉਂਕਿ ਹਰ ਬੰਦਾ ਯੂਜ਼ ਕਰ ਰਿਹਾ ਹੈ ਲੇਕਿਨ ਹੁਣ ਕੰਮ ਪੁੱਠੇ ਪਸੇ ਟੁਰ ਪਿਆ ਪਹਿਲੇ ਮਨਾਹਰ ਮਲਕ ਸੀ ਉਹਦੀ ਵੀਡੀਓ ਵਾਇਰਲ ਹੋਈਆਂ ਉਹ ਅਜੇ ਮੁੱਕੀਆਂ ਨਹੀਂ ਤੇ ਇਮਸ਼ਾ ਅਗਲਾ ਲਫ਼ਜ਼ ਜਿਹੜਾ ਬੜਾ ਅੱਛਾ ਹੈਗਾ ਕਹਨੂੰ ਦਿਲ ਨਹੀਂ ਕਰਦਾ ਇਮਸ਼ਾਈ ਪੂਰਾ ਨਾਮ ਇਮਸ਼ਾਈ ਕਹੋ ਬਸ ਇਮਸ਼ਾਈ ਕਹਿੰਦੇ ਕਿ ਅਗਲਾ ਲਫ਼ਜ਼ ਬਹੁਤ ਅੱਛਾ ਹੈਗਾ ਠੀਕ ਹੈ ਨਾ ਇਮਸ਼ਾਈ ਇੱਕ ਲੜਕੀ ਟਿਕਟੋਕਰ ਹੈਗੀ ਏ ਤੇ ਉਹਦੀ ਵੀਡੀਓ ਵਾਇਰਲ ਹੁੰਦੀ ਏ ਇਹ ਹੁਣ ਕੰਮ ਕਿਹੜੇ ਪਾਸੇ ਟੁਰ ਰਿਹਾ ਸੋਸ਼ਲ ਮੀਡੀਆ ਤੇ ਇਹ ਅਸੀਂ ਗੱਲ ਕਰਾਂਗੇ ਸੈਦ ਫੁਰਕਾਨ ਸ਼ਾਹ ਸਾਹਿਬ ਜਿਹੜੇ ਕਿ ਸੀਨੀਅਰ ਤਜ਼ੀਆ ਨਿਗਾਰ ਨੇ ਤੇ ਇਹਨਾਂ ਨੂੰ ਪੁੱਛਦੇ ਨੇ ਕਿ ਹੁਣ ਇਹ ਕੰਮ ਕਿਵੇਂ ਕੰਮ ਰੁਕੇਗਾ ਜਾਂ ਅੱਗੋਂ ਮਜ਼ੀਦ ਹੁਣ ਕੰਮ ਵਧੇਗਾ ਤੇ ਗੱਲ ਕਰਦੇ ਆ ਫੁਰਕਾਨ ਸ਼ਾਹ ਸਾਹਿਬ ਨਾਲ ਅਸਲਾਮੁਅਲੈਕੁਮ ਵਾਅਲੈਕੁਮ ਸਲਾਮ ਬਾਜੀ ਦੱਸੋ ਹੁਣ ਕੀ ਕਰੀਏ ਬਾਜੀ ਅਸੀਂ ਕੀ ਕਰਨਾ ਜੇ ਅਸੀਂ ਤੇ ਜੋ ਕਰਨਾ ਹੈ ਕਰ ਹੀ ਰਹੇ ਆ ਸ਼ੋਰ ਪਾ ਰਹੇ ਆ ਦੱਸ ਰਹੇ ਆ ਫਰਕ ਪਿਆ ਇੱਕ ਵੇ ਤੁਹਾਨੂੰ ਗੱਲ ਦੱਸਾਂ ਸਾਡੇ ਸ਼ੋਰ ਪਾਣਾ ਫਰਕ ਪਿਆ ਮਨਾਹ ਲਾਲੇ ਵਿੱਚ ਕੁੜੀ ਤੇ ਮੁੰਡੇ ਦੀ ਵਾਜ਼ਿਆ ਸੀ ਵੀਡੀਓ ਹਾਂ ਇਹਦੇ ਚ ਕੱਲੀ ਕੁੜੀ ਨੇ ਭੇਜੀ ਏ ਕਿਉਂਕਿ ਉਹਨੂੰ ਪਤਾ ਹੈ ਕਿ ਸਾਈਬਰ ਕ੍ਰਾਈਮ ਵਾਲੇ ਕੁੜੀਆਂ ਤੇ ਕਾਰਵਾਈ ਨਹੀਂ ਕਰਦੇ ਐਸ ਵਗੇ ਤਾਂ ਲੇਕਿਨ ਉਹਨੇ ਵੀਡੀਓ ਚ ਮੁੰਡਾ ਨਹੀਂ ਦਿਖਾਇਆ ਲੇਕਿਨ ਉਹਨੇ ਆਪਣੀ ਟਿਕਟੋਕ ਜਿਹੜੀ ਉਹ ਬੰਦ ਕੀਤੀ ਨਾ ਉਹਦੇ ਚ ਵੀਡੀਓ ਲਾਈ ਹੋਈ ਹੈ ਨਾਲ ਮੁੰਡਾ ਹੈਗਾ ਉਹਨੇ ਕਿਹਾ ਜੀ ਇਸ ਬਗੈਰ ਤੇ ਨੇ ਬੇਸ਼ਰਮ ਨੇ ਮੈਨੂੰ ਇੰਜੰਜ ਕੀਤਾ ਮੁੰਡਾ ਦੇ ਸਾਹਮਣੇ ਆ ਗਿਆ ਜੇ ਸਰ ਇਹਦੀ ਮੈਂਟੈਲਿਟੀ ਤੇ ਤੁਹਾਨੂੰ ਸਮਝ ਆ ਗਈ ਹੈ ਨਾ ਕਿ ਉਹਦਾ ਖਾਵੰਦ ਹੈ ਨਹੀਂ ਖਾਵੰਦ ਕਿ ਠੀਕ ਹੈ ਤੇ ਇਹ ਇਸਲਾਮੀ ਮੁਲਕ ਚ ਰਹਿ ਰਹੀ ਇਹਨੂੰ ਸ਼ਰਮ ਨਹੀਂ ਆਈ ਇਹਨੂੰ ਗੈਰਤ ਨਹੀਂ ਆਈ ਇਹਦੇ ਘਰਦਿਆਂ ਨੂੰ ਹਲੇ ਤੱਕ ਗੈਰਤ ਨਹੀਂ ਆਈ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਕੁਛ ਨਹੀਂ ਕਿਹਾ ਉਹ ਕਿਹੜੇ ਮੁਲਕ ਵਿੱਚ ਇਸਲਾਮੀ ਮੁਲਕ ਵਿੱਚ ਰਹਿ ਰਹੇ ਹੋ ਤੁਸੀਂ ਆਲ ਓਵਰ ਦੀ ਵਰਲਡ ਕੀ ਮੈਸੇਜ ਭੇਜ ਰਹੇ ਹੋ ਸਾਡੇ ਮੁਲਕ ਦੇ ਬਾਰੇ ਵਿੱਚ ਸਾਡੇ ਦੀਨ ਦੇ ਬਾਰੇ ਵਿੱਚ ਇੰਨਾ ਬੇਗੈਰਤਾ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਲਈ ਮੈਨੂੰ ਤੇ ਗੁੱਸਾ ਹੀ ਬੜਾ ਇਹਨਾਂ ਲੋਕਾਂ ਤੇ ਬੇਗੈਰਤ ਲੋਕ ਨੇ ਮੈਂ ਕਿਉਂਕਿ ਸਾਡਾ ਮੇਰਾ ਕੰਟੈਂਟ ਦੇਖਦੇ ਨੇ ਫੈਮਲੀ ਚ ਲੋਕੀ ਬਹਿ ਕੇ ਅਸਲੀ ਮੈਂ ਉਹ ਅਲਫਾਜ਼ ਇਸਤੇਮਾਲ ਨਹੀਂ ਕਰਨਾ ਚਾਹ ਰਿਹਾ ਜਿਹਦੇ مستحق ਨੇ ਇਹੋ ਜੀਆਂ ਔਰਤਾਂ ਬਦਖਿਰਦਾਰ ਔਰਤਾਂ ਬਦਕਾਰ ਔਰਤਾਂ ਮਨਾਹਲ ਕੁਤੂ ਕੁਛ ਬेटर ਹੈਗੀ ਇਹਨੇ ਥੋੜੀ ਸ਼ਰਮ ਕੀਤੀ ਇਹਨੇ ਆਪਣਾ ਸੋਸ਼ਲ ਮੀਡੀਆ ਤੇ ਐਕਟੀਵਿਟੀ ਜਿੰਨੀ ਸੀ ਨਾ ਉਹਨੇ ਰੋਕ ਦਿੱਤੀ ਬੰਦ ਕਰ ਦਿੱਤੀ ਇਹ ਸਾਰੇ ਸਟੈਂਟ ਨੇ ਪ੍ਰਮੋਸ਼ਨ ਲੈਣ ਦੇ ਸਟੈਂਟ ਨੇ ਮਨਾਹਲ ਦਾ ਵੀ 1 ਮਿਲੀਅਨ ਵੱਧ ਗਿਆ ਨਾ ਵੱਧ ਗਿਆ ਹਾਂ ਤੇ ਇਹਦਾ ਵੀ ਵੱਧ ਜਾਏਗਾ ਆ ਜਾਏਗੀ ਮਾਫੀ ਮੰਗੇਗੀ ਕੁਰਸੀ ਤੇ ਬਹਿ ਕੇ ਰੋਏਗੀ ਫਿਰ ਇਹ ਕਹੇਗੀ ਸਾਰੇ ਮੇਰੇ ਮੁਝੇ ਫੋਲੋ ਕਰੇ ਆਪ ਮੇਰੇ ਸਾਥ ਖੜੇ ਹੋ ਜਾਏ ਇਹ ਡਰਾਮੇ ਨੇ ਸਾਰੇ ਟੋਟਲ ਫਰਾਡੀ ਲੋਗ ਨੇ ਸਭ ਇੱਕ ਗੇਮ ਹੈ ਤੇ ਆਫਰੀਨ ਹੈ ਉਹਨਾਂ ਲੋਕਾਂ ਤੇ ਕਿ ਜਿਹੜੇ ਨੂੰ ਫਾਲੋ ਕਰਦੇ ਨੇ ਇਹੋ ਜੇ ਵੱਧ ਕਿਰਦਾਰ ਲੋਕਾਂ ਨੂੰ ਸਿਰਫ ਫਾਲੋ ਵੀ ਉਹ ਲੋਕ ਕਰਦੇ ਹਨ ਨਾ ਜਿਹੜੇ ਸਮਝਾਜ ਦੇ ਹੋਣਗੇ شریف ਆਦਮੀ ਤੇ ਨਹੀਂ ਫਾਲੋ ਕਰੇਗਾ ਇਹਨੂੰ ਮੈਂ ਤੇ ਕਮਸ ਕਮ ਇਹੋ ਜੀ ਕਿਸੇ ਦਾ ਕਿਸੇ ਜਗ੍ਹਾ ਤੇ ਕੋਈ ਦੋਸਤ ਕਿਸੇ ਐਸੀ ਕਿਸਮ ਦੀ ਮੈਂਟੈਲਿਟੀ ਦੀ ਆਦਮੀ ਦਾ ਜਾਂ ਔਰਤ ਦਾ ਮੈਨੂੰ ਫਾਲੋਅਰ ਦੇਖੋ ਤੇ ਮੈਨੂੰ ਇੰਡੀਕੇਟ ਜ਼ਰੂਰ ਕਰਨਾ ਵੀਡੀਓ ਵੇਖੀ ਸਾਰੀ ਨਹੀਂ ਦੇਖੀ ਗਈ ਨਾ ਖੁਦਾ ਤੋਂ ਵੀ ਡਰ ਲੱਗਦਾ ਦੇਖਣਾ ਵੀ ਤੇ ਗੁਨਾਹ ਹੈ ਜ਼ਿਆਦਾ ਦੁਖੀ ਔਰ ਤੁਹਾਨੂੰ ਮਨਾਹ ਲੱਗੀ ਜਾਂ ਇਹ ਲੱਗੀ ਹੁਣ ਤੁਹਾਡੇ ਤੁਹਾਡੇ ਉਤੇ ਇਹ ਲੱਗੇਗਾ ਕਿ ਮਨਾਹ ਲੱਗੀ ਲੇਕਿਨ ਨਹੀਂ ਇਹ ਲੱਗੀ ਇਹਨੇ ਜ਼ਿਆਦਾ ਦੁਖੀ ਹੁੰਦਾ ਇਹਨੇ ਡਰਾਮਾ ਬੜਾ ਸੋਹਣਾ ਕੀਤਾ ਆਪਣਾ ਅਕਾਊਂਟ ਬੰਦ ਕਰਤਾ ਹੈ ਇਹ ਕਰਤਾ ਹੈ ਉਹ ਕਰਤਾ ਇਹਨੇ ਤਾਂ ਸ਼ੋ ਆਫ ਹੈ ਕੀਤਾ ਕਿ ਮੈਂ ਬਹੁਤ ਦੁਖੀ ਹਾਂ ਮੈਂ ਬੜੀ ਪਰੇਸ਼ਾਨ ਹਾਂ ਠੀਕ ਹੈ ਤੇ ਮੇਰਾ ਮੂੰਹ ਫੇਰ ਕੋ ਨਿਕਲ ਜਾਏਗੀ ਗਲਤ ਗੱਲ ਕਿ ਇਹ ਬਦ ਕਿਰਦਾਰ ਔਰਤ ਜਦੋਂ ਵੀਡੀਓ ਬਣਵਾ ਰਹੀ ਸੀ ਬਣਵਾਈ ਤੇ ਨਹੀਂ ਹੈ ਨਾ ਸਾਰੇ ਮਰਜ਼ੀ ਨਾਲ ਬੰਦੀ ਕਿਵੇਂ ਬੰਦੀ ਤੇ ਉਦੋਂ ਇਹਨੂੰ ਗੈਰਤ ਨਹੀਂ ਆਈ ਉਦੋਂ ਇਹਨੂੰ ਸ਼ਰਮ ਨਹੀਂ ਆਈ ਕੌਣ ਰੋਕੇਗਾ ਇਹ ਕੰਮ ਸਾਈਬਰ ਕ੍ਰਾਈਮ ਨੂੰ ਮੈਂ ਤੇ ਰਿਕੁਐਸਟ ਕੀਤੀ ਸੀ ਕਿ ਜੇ ਮਨਾਹਲ ਦੇ ਖਿਲਾਫ ਕਾਰਵਾਈ ਨਹੀਂ ਨਾ ਕਰੋਗੇ ਤੇ ਇਹ ਗੰਦ ਆਂਦਾ ਰਹੇਗਾ ਤੇ ਮੇਰੀ ਗੱਲ ਸੱਚੀ ਹੋ ਗਈ ਹੈ ਕਿ ਨਹੀਂ ਨਹੀਂ ਕਾਰਵਾਈ ਤੇ ਹੋਈ ਹੈ ਮਨਾਹਲ ਦੀ ਉਹ ਮਨਾਹਲ ਦੇ ਨਹੀਂ ਨਾ ਹੋਈ ਮਨਾਹਲ ਦੇ ਕਹਿਨ ਤੇ ਹੋਈ ਹੈ ਹੋਈ ਤੇ ਹੈ ਨਾ ਕਾਰਵਾਈ ਦੇਤੇ ਫਿਰ ਸਾਈਬਰ ਕ੍ਰਾਈਮ ਐਕਟਿਵ ਹੈ ਇਹ ਮੰਨੋ ਤੁਸੀਂ ਉਹ ਟੁਰਿਆ ਹੈ ਲੇਕਿਨ ਹੌਲੀ ਹੌਲੀ ਜੋ ਸੀ ਚੱਲਨੇ ਉਹ ਨੂੰ ਕਰ ਰਿਹਾ ਪਰ ਉਹ ਸੈਕਟਰ ਹੈ ਜਾਂ ਉਸ ਪਾਸੇ ਟੁਰਿਆ ਉਹ ਦੇਖੋ ਨਾ ਕਾਰਵਾਈ ਦਾ ਫਾਇਦਾ ਹੋਇਆ ਕਿ ਇਸ ਵੀਡੀਓ ਚ ਮੁੰਡੇ ਦੀ ਨਹੀਂ ਆਈ ਵੀਡੀਓ ਹਾਂ ਫਰਕ ਤੇ ਇੰਨਾ ਫਰਕ ਪੈ ਗਿਆ ਹਾਂ ਇਹ ਫਰਕ ਪਿਆ ਹੈ ਇਹ ਹੁਣ ਜੀ ਥੈਂਕ ਯੂ ਸਾਈਬਰ ਕ੍ਰਾਈਮ ਇਕਾ ਦਾ ਥੈਂਕ ਯੂ ਕਰੀਓ ਤੁਸੀਂ ਕਿ ਚਲੋ ਅੱਧੀ ਵੀਡੀਓ ਆਈ ਹੈ ਸ਼ੁਕਰ ਹੈ ਅੱਲਾ ਦਾ ਇਹ ਵੀਡੀਓ ਬੰਦ ਕਿਵੇਂ ਹੋਣ ਗਈਆ ਕਾਰਵਾਈ ਨਾਲ ਸਾਈਬਰ ਕ੍ਰਾਈਮ ਬੰਦ ਕਰੇਗੀ ਹਕੂਮਤ ਨੂੰ ਇਹਦੇ ਤੇ ਸਟੈਂਡ ਲੈਣਾ ਪਏਗਾ ਸਾਡੇ ਮਾਸ਼ਰੇ ਨੂੰ ਬਚਾਉਣਾ ਪਏਗਾ ਇਹ ਲੋਗ ਨੇ ਤੇ ਮੈਂ ਤੁਹਾਡੀ ਬਸਤ ਤਰ ਸਾਰੇ ਦੋਸਤਾਂ ਨੂੰ ਕਹਿ ਰਿਹਾ ਭਾਈ ਕੁਰਾਨ ਨੀ ਮੰਨਨ ਇਹ ਵੀਡੀਓ ਮੇਰੇ ਕੋਲ ਆਈ ਸੀ ਮੈਂ ਡਿਲੀਟ ਕਰ ਦਿੱਤੀ ਐ ਤੇ ਬਰਾਏ ਕਰ ਮੈਨੂੰ ਐਸਲੇ ਫੋਨ ਕੋਈ ਨਾ ਕਰੇ ਕਿ ਵੀਡੀਓ ਹੈ ਤੇ ਭੇਜਣਾ ਜ਼ਰਾ ਅੱਛਾ ਇਹ ਵੀ ਸਾਡੇ ਜੀ ਟ੍ਰੈਂਡ ਬਹੁਤ ਬੁਰਾ ਸਭ ਤੋਂ ਪਹਿਲੇ ਪਤਾ ਲੱਗਾ ਨਾ ਕਿ ਵੀਡੀਓ ਆ ਗਈ ਯਾਰ ਮੈਨੂੰ ਸੈਂਡ ਤੇ ਕਰੀ ਐ ਵਕਤ ਪਿਆ ਪੈ ਜਾਂਦਾ ਕਿ ਸ਼੍ਰੀ ਦਫਾ ਵੀ ਜਿਹਦੇ ਵੀ ਫੋਨ ਆਏ ਸ਼ਾਹ ਜੀ ਅੱਛਾ ਸਟੈਂਡ ਲੈ ਰਹੇ ਹੋ ਇਹਨਾਂ ਲੋਕਾਂ ਨਾਲ ਐਂਜੀ ਤੁਹਾਨੂੰ ਕਰਨਾ ਚਾਹੀਦਾ ਵੀਡੀਓ ਹੈ ਤੁਹਾਡੇ ਕੋਲ ਮੈਂ ਕਿਹਾ ਹਾਂਜੀ ਜ਼ਰਾ ਭੇਜਣਾ ਮੈਂ ਕਿਹਾ ਭਾਈ ਜਾਨ ਮੈਂ ਡਿਲੀਟ ਕਰ ਦਿੱਤੀ ਹੈ ਤੇ ਉਹਨੇ ਦੇ ਕੀ ਕਹਿ ਸਕਦੇ ਆ ਅਸੀਂ ਕਿਉਂਕਿ ਪਹਿਲੇ ਹਰੀਮ ਸ਼ਾਹ ਦੀ ਵੀਡੀਓ ਆਈਆਂ ਠੀਕ ਹੈ ਨਾ ਉਹ ਮੇਰੀ ਤੇ ਦਰਖਾਸਤ ਹੈ ਸੀ ਕਿ ਉੱਥੋਂ ਕਾਰਵਾਈ ਸ਼ੁਰੂ ਕਰੋ ਹਰੀਮ ਸ਼ਾਹ ਤੇ ਹਰੀਮ ਸ਼ਾਹ ਨੇ ਸੋਸ਼ਲ ਮੀਡੀਆ ਤੇ ਬਹਿ ਕੇ ਐ ਕਲੀਅਰ ਕੀਤੀ ਇਹ ਗੱਲ ਕਿ ਮੇਰਾ ਕੋਈ ਕੁਛ ਨਹੀਂ ਉਹ ਲਫ਼ਜ਼ ਮੈਂ ਦੁਹਰਾ ਨਹੀਂ ਸਕਦਾ ਜਿਹੜੇ ਉਹਨੇ ਸਾਡੇ ادارےਆਂ ਦੇ ਬਾਰੇ ਇਸਤੇਮਾਲ ਕੀਤਾ ਰੇ ਲੇਕਿਨ ਸੱਚੀ ਹਰੀਮ ਸ਼ਾਹੀ ਸੀ ਕਿ ਉਹਨੇ ਸਹੀ ਕਿਹਾ ਸੀ ਕਿ ਮੇਰਾ ਕੁਝ ਵੀ ਨਹੀਂ ਕਰ ਸਕਦਾ ਕੋਸ਼ ਵਿਗਾੜ ਨਹੀਂ ਸਕਦਾ ਕੋਈ ਉਹ ਸੱਚੀ ਸੀ ਇਹ ادارے ਨੂੰ ਚੈਲੰਜ ਨਹੀਂ ਗਾ ਤੇ ਕੀਤਾ ਅਗਲੀ ਦੇ ਵਿਗਾੜ ਲੈਣਾ ਤਾਂ ਜਿਹੜਾ ਵਿਗਾੜ ਸਕਦਾ ਕੁਝ ਉਸ ਤੋਂ ਬਾਅਦ ਅੱਜ ਤੱਕ ਜਿਹੜੀ ਔਰਤ ਇਹ ਵੀਡੀਓ ਚਲਾਉਂਦੀ ਹੈ ਉਹ ਵੀ ਚੈਲੰਜ ਹੈ ادارے ਨੂੰ ਚੈਲੰਜ ਉਹ ਜਿਹੜੀ ਮਰਜ਼ੀ ਹੈ ਉਹਨੇ ਕਿਹਾ ਲਓ ਫਿਰ ਐਵੇਂ ਆਈ ਜੇ ਜੋ ਹੁੰਦਾ ਕਰ ਲੋ ਅੱਛੇ ਵੀਡੀਓ ਤੇ ਐਕਸ਼ਨ ਤੇ ਉਸ ਬੰਦੇ ਦੇ ਖਿਲਾਫ ਹੋਣਾ ਚਾਹੀਦਾ ਜਿਹੜਾ ਸਭ ਤੋਂ ਪਹਿਲੇ ਵੀਡੀਓ ਵਾਇਰਲ ਕਰਦਾ ਪਤਾ ਲੱਗ ਜਾਂਦਾ ਕਿ ਨਹੀਂ ਲੱਗ ਜਾਂਦਾ ਇਹ ਕੀ ਤੁਹਾਡੀ ਸਟਰੈਟਜੀ ਏ ਇਹ ਕੀ ਮੈਂਟੈਲਿਟੀ ਏ ਕਿ ਵਾਇਰਲ ਕੀ ਕੀ ਵੀਡੀਓ ਬਣਵਾਉਣਾ ਜਾਇਜ਼ ਨਹੀਂ ਤੇ ਬਣਾਉਣ ਵਾਲੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਏ ਵਾਇਰਲ ਵਾਲੀ ਤੇ ਬਾਅਦ ਚ ਆਏਗਾ ਉਹ ਤੁਸੀਂ ਬਣਵਾਓ ਨਾ ਤੇ ਕੋਈ ਵਾਇਰਲ ਕਿਵੇਂ ਕਰੇ ਮੇਰੀ ਵੀ ਤਾਂ ਗੱਲ ਸੁਨੇ ਕੋਈ ਸਭ ਤੋਂ ਪਹਿਲੇ ਐਫ ਆਈ ਆਰ ਇਹਨਾਂ ਕੁੜੀ ਮੁੰਡੇ ਤੇ ਹੋਣੀ ਚਾਹੀਦੀ ਜਿਹਨੇ ਵੀਡੀਓ ਨਿਕਲੀ ਕੁੜੀ ਤੇ ਹੋਵੇ ਪਹਿਲੀ ਐਫ ਆਈ ਆਰ ਸ ਲੜਕੀ ਤੇ ਹੋਵੇ ਇਮਸ਼ਾਦੇ ਉੱਤੇ ਹੂੰ ਠੀਕ ਹੈ ਉਸ ਤੋਂ ਬਾਅਦ ਆ ਦੱਸਿਆ ਕਿ ਮੁੰਡਾ ਫਲਾਣਾ ਸੀ ਫਿਰ ਉਹਦੇ ਤੇ ਹੋਵੇ ਉਹ ਵਾਇਰਲ ਆਲਾ ਤੇ ਬਾਅਦ ਚ ਉਹ ਜਿਹੜਾ ਵੀ ਹੈ ਮਨਾਹਲ ਤੇ ਵੀ ਐਫ ਆਈ ਆਰ ਹੋਣੀ ਚਾਹੀਦੀ ਹੋਣੀ ਚਾਹੀਦੀ ਔਰ ਕਿਉਂ ਨਹੀਂ ਹੋਣੀ ਚਾਹੀਦੀ ਇਨਕੁਆਰੀ ਕਰ ਲਓ ਨਾ ਕਿ ਆਇਆ ਕਿ ਇਹ ਫੇਕ ਵੀਡੀਓ ਕਿ ਸੱਚੀ ਹੈ ਠੀਕ ਹੈ ਮਨਾਹਲ ਤਾਂ ਮੰਨ ਗਈ ਹੈ ਕਿ ਵੀਡੀਓ ਮੈਂ ਬਣਾਈ ਹੈ ਤੇ ਕਰੋ ਕਾਰਵਾਈ ਕਿਉਂ ਨਹੀਂ ਕਰ ਰਹੇ ਹੋਤ ਰਹੀ ਹੈ ਉਹ ਤੇ ਯੂਟਿਊਬਰਾਂ ਤੇ ਹੋ ਰਹੀ ਹੈ ਨਾ ਹਰ ਵਾਈ ਤੇ ਹੋ ਰਹੀ ਹੈ ਨਾ ਤੁਸੀਂ ਇਹ ਦੇਖੋ ਕਾਰਵਾਈ ਹੋ ਰਹੀ ਹੈ ਨਹੀਂ ਨਹੀਂ ਜਾਇਜ਼ ਕਰੋ ਜਿਹੜਾ ਵੀਡੀਓ ਅਗਰ ਤੇ ਜਾਂ ਤੇ ਵੀਡੀਓ ਬਣਾਉਣਾ ਜਾਇਜ਼ ਕਰਦੇ ਹੋ ਨਾ ਵਾਇਰਲ ਕਰਨਾ ਜੁਰਮ ਕਰਦੇ ਹੋ ਠੀਕ ਹੈ ਮਾਸ਼ਰੇ ਨੂੰ ਮਤ ਮਾਰ ਦਿਓ ਮਾਸ਼ਰੇ ਦੀ ਬੇੜਾ ਗਰਹ ਕਰ ਦਿਓ ਲੋਕਾਂ ਦੀ ਤੇ ਸੋਚ ਅਜੀਬ ਹੈ ਹੁਣ ਇਸ ਦਫਾ ਮੈਂ ਸਾਰੇ ਦੋਸਤਾਂ ਤੋਂ ਰਿਕਵੈਸਟ ਕਰਾਂਗਾ ਕਿ ਪਹਿਲੀ ਦਫਾ ਮੈਂ ਇਕੱਲਾ ਤਰਖਾਸਦ ਹਿੰਦਾ ਸਾਂ ਹੁਣ ਕੋਈ ਹੋਰ ਵੀ ਅੱਗੇ ਕਦਮ ਚੁੱਕੇ 50 ਕਰੋੜ ਆਵਾਮ ਚੋਂ ਨਹੀਂ ਤੇ ਮੈਂ ਤੇ ਫਿਰ ਦੇਈ ਦੇਾਂਗਾ ਇਹ ਮਿਚਾਰਕ ਲਾ ਤੁਸੀਂ ਲਾ ਲਵਾਗਾ ਸਟੈਂਡ ਫਿਰ ਸਟੈਂਡ ਲਵੋਗੇ ਬਿਲਕੁਲ ਲਵਾਗਾ ਲੈਣਾ ਚਾਹੀਦਾ ਮੈਨੂੰ ਮੇਰਾ ਜ਼ਮੀਰ ਮੈਨੂੰ ਮਲਾਮਤ ਕਰਦਾ ਕੀ ਕਹੋਗੇ ਤੁਸੀਂ ਅਦਾਰਿਆਂ ਨੂੰ ਖਾਸ ਤੌਰ ਤੇ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਤੁਸੀਂ ਤਜੇ ਨਗਾਰਾ ਤੁਸੀਂ ਅਚੀ ਤਰ੍ਹਾਂ ਗੱਲ ਕਰ ਸਕਦੇ ਹੋ ਕੀ ਕਹੋਗੇ ਅਦਾਰੇ ਨੂੰ ਮਜ਼ੀਦ ਜੋ ਵੀਡੀਓ ਆਉਂਦੀ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਅਦਾਰੇ ਕਾਰਵਾਈ ਨਹੀਂ ਕਰਦੇ ਐਸ ਹੌਰ ਤੇ ਇਹਦੇ ਤੇ ਵੀ ਕਰੋ ਪਿਛਲੀਆਂ ਸਾਰੀਆਂ ਤੇ ਕਰੋ ਦੇਖੋ ਕਿਹਸਾ ਕੰਮ ਠੀਕ ਹੁੰਦਾ ਹਰ ਸ਼ਹਿਰ ਠੀਕ ਹੋ ਜਾਏਗਾ ਅਵਾਮ ਕੀ ਸਾਥ ਦੇ ਸਕਦੀ ਤੁਹਾਡਾ ਅਵਾਮ ਇਹਨਾਂ ਦਾ ਬਾਈਕਾਟ ਕਰੇ ਇਹ ਦੇਖੋ ਨਾ ਜਿਹੜੇ 4 ਮਿਲੀਅਨ 8 ਮਿਲੀਅਨ 10 ਮਿਲੀਅਨ ਫਾਲੋਅਰਸ ਨੇ ਉਹ ਕੈਸੇ ਲੋਕਾਂ ਨੂੰ ਤੁਸੀਂ ਫਾਲੋ ਕਰ ਰਹੇ ਹੋ ਕਿਸ ਤਰ੍ਹਾਂ ਦੇ ਬਦ किरदार ਲੋਕਾਂ ਨੂੰ ਤੁਸੀਂ ਫਾਲੋ ਕਰ ਰਹੇ ਹੋ ਇਹ ਲੰਮੇ ਫਿਕਰੀਆਂ ਨਹੀਂ ਹੈ ਸਾਡੇ ਲਈ ਹੈ ਤੇ ਬਿਲਕੁਲ ਤੇ ਫਿਰ ਨਾਜ਼ਰੀਨ ਜਿਵੇਂ ਕਿ ਤੁਸੀਂ ਵੇਖਿਆ ਕਿ ਇਸ ਸੋਸ਼ਲ ਮੀਡੀਆ ਤੇ ਜਿਹੜਾ ਗੰਦ ਵੀਰਲ ਹੋ ਰਿਹਾ ਮੈਂ ਤੇ ਵੀਡੀਓ ਵੀ ਨਹੀਂ ਸੇ ਬਣਾਉਣਾ ਚਾਹ ਰਿਹਾ ਕਿਉਂਕਿ ਮੈਨੂੰ ਲੱਗ ਰਿਹਾ ਕਿ ਮੈਂ ਵੀ ਸ਼ਾਇਦ ਪ੍ਰਮੋਟ ਕਰ ਰਿਹਾ ਉਹਨਾਂ ਨੂੰ ਲੇਕਿਨ ਮਜਬੂਰੀ ਹੈ ਕਿ ਸਾਨੂੰ ਇਹਨਾਂ ਦੇ ਖਿਲਾਫ ਖੜੋਣਾ ਪੈਂਦਾ ਹੈ ਜੇ ਅਸੀਂ ਨਹੀਂ ਖੜੋਵਾਂਗੇ ਤੇ ਇਹਨਾਂ ਦੀਆਂ ਜ਼ੁਬਾਨਾਂ ਜਾਂ ਇਹਨਾਂ ਦੀ ਹਰਕਤਾਂ ਮਜੀਦ ਕੁੱਲ ਜਾਣਗੀਆਂ ਤੇ ਕੁਝ ਮਜਬੂਰੀਆਂ ਵੀ ਐਸੀਆਂ ਨੇ ਸ਼ਾਹ ਜੀ ਵੀ ਜਾਣਦੇ ਨੇ ਕਿ ਖੜੋਵੋ ਤਾਂ ਵੀ ਮਰਦੇ ਹੋ ਨਾ ਖੜੋਵੋ ਤਾਂ ਵੀ ਮਰਦੇ ਹੋ ਲੇਕਿਨ ਖੜੋਣਾ ਬਿਹਤਰ ਹੈਗਾ ਤੁਸੀਂ ਦੱਸੋ ਕਿ ਇਮਸ਼ਾ ਤੇ ਜਿੰਨੀਆਂ ਲੜਕੀਆਂ ਦੀ ਵੀਡੀਓ ਵਾਇਰਲ ਹੁੰਦੀ ਇਹਨਾਂ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਖਿਲਾਫ ਕਿਹੜਾ ਐਸਾ ਕੰਮ ਕੀਤਾ ਜਾਵੇ ਤੁਸੀਂ ਕਮੈਂਟਸ ਕਰਕੇ ਦੱਸ ਸਕਦੇ ਹੋ ਕਿਉਂਕਿ ਮੇਰੀ ਤੇ ਸ਼ਾਹਜਹਦੀ ਇਕੱਲੇ ਦੀ ਸੋਚ ਹੈ ਤੁਹਾਡੀ ਪੂਰੀ ਦੁਨੀਆ ਦੀ ਸੋਚ ਹੈ ਤੇ ਦੁਨੀਆ 'ਚ ਬੜਾ ਬੜਾ ਜ਼ਹੀਨ ਆਦਮੀ ਬੈਠਾ ਹੈ ਤੁਸੀਂ ਕੋਈ ਤਰੀਕਾ ਦੱਸੋ ਕਿ ਇਹਨਾਂ ਦੇ ਖਿਲਾਫ ਕਿਸ ਤਰ੍ਹਾਂ ਦਾ ਐਕਸ਼ਨ ਲੈ ਸਕਦੇ ਆ ਆਵਾਮ ਮਿਲ ਕੇ ਤੇ ادارے ਮਿਲ ਕੇ ਤੇ ਸ਼ਾਨ ਪਾਕਿਸਤਾਨ ਵੇਖਦੇ ਹੋ ਮਿਲਦੇ ਆ ਇੱਕ ਨਵੇਂ ਟੌਪਿਕ ਤੇ ਤੇ ਸਾਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼